ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਟਰਾਂਸਪੋਰਟ ਵਿਭਾਗ ਦੇ ਵਿੱਚ ਨਿਕਲੀ ਹੋਈ ਨਵੀਂ ਭਰਤੀ ਦੇ ਬਾਰੇ ਵਿੱਚ ਇਹਦੇ ਵਿੱਚ ਪੂਰੀ ਡਿਟੇਲ ਦੱਸਾਂਗਾ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦੇ ਤੇ ਕੀ-ਕੀ ਐਲੀਜੀਬਿਲਿਟੀ ਰਹੂਗੀ ਲੇਕਿਨ ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਨ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਨਵੀਂ-ਨਵੀਂ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਰੱਖਣਾ ਹੈ ਨਾਲ ਦੀ ਨਾਲ ਤੁਹਾਡੀ ਵੈੱਬਸਾਈਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੋ ਕਿ www.clory.com ਹੈ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜੇਗਾ ਤੁਸੀਂ ਉੱਥੇ ਕਲਿੱਕ ਕਰਕੇ ਉਹਨੂੰ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹੋ ਜੀ ਔਰ ਇੱਕ ਹੋਰ ਗੱਲ ਜਿਹੜਾ ਤੁਸੀਂ ਪੰਜਾਬ ਪੁਲਿਸ ਦੀ ਭਰਤੀ ਦੇ ਬਾਰੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਲਈ ਕਾਫੀ ਜਿਹੜੇ ਮੈਨੂੰ ਕਮੈਂ ਲੈ ਕੇ ਆ ਰਹੇ ਆ ਤੁਹਾਡੇ ਲਈ ਸੋ ਅੱਜ ਸ਼ਾਮ ਤੱਕ ਤੁਹਾਡੇ ਲਈ ਮੋਸਟ ਪ੍ਰੋਬੇਬਲੀ ਉਹ ਵੀਡੀਓ ਜਿਹੜੀ ਅਪਲੋਡ ਕਰ ਦਵਾਂਗਾ ਸੋ ਤੁਸੀਂ ਉਸ ਨੂੰ ਵੀ ਜਰੂਰ ਦੇਖ ਲੈਣਾ ਤੇ ਚਲੋ ਹੁਣ ਤੁਹਾਨੂੰ ਲੈ ਚੱਲਦਾ ਹਾਂ ਜੀ ਆਫੀਸ਼ੀਅਲ ਡਿਟੇਲ ਦੇ ਉੱਪਰ ਜਿੱਦੇ ਵਿੱਚ ਪੂਰੀ ਡਿਟੇਲ ਦੱਸਾਂਗਾ ਤੁਹਾਨੂੰ ਤੁਸੀਂ ਕਿੱਦਾਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੌਣ ਕੌਣ ਅਪਲਾਈ ਕਰ ਸਕਦਾ ਹੈ ਤੇ 올 ਇੰਡੀਆ ਕੈਂਡੀਡੇਟ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਐਪਲੀਕੇਸ਼ਨ ਮੋਡ ਦੀ ਤੇ ਐਪਲੀਕੇਸ਼ਨ ਮੋਡ ਜਿਹੜਾ ਰਹੇਗਾ ਤੁਹਾਡਾ ਆਫਲਾਈ ਫਿਲ ਕਰਕੇ ਜਿਹੜਾ ਨੇ ਅਟੈਚ ਕੀਤਾ ਹੋਇਆ ਹੈ ਨੋਟੀਫਿਕੇਸ਼ਨ ਦੇ ਨਾਲ ਉਹਨੂੰ ਭਰ ਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਸੈਂਡ ਕਰ ਦੇਣਾ ਹੈ ਜੀ ਉਸ ਤੋਂ ਬਾਅਦ ਨੈਕਸਟ ਤੁਸੀਂ ਦੇਖ ਪਾ ਰਹੇ ਹੋ ਟਾਪ ਗਵਰਨਮੈਂਟ ਜੌਬਸ ਜਿਹੜੀਆਂ ਨੇ ਉਹਦੇ ਰਿਲੇਟਿਡ ਨੋਟੀਫਿਕੇਸ਼ਨ ਜਿਹੜੇ ਪਏ ਹੋਏ ਨੇ ਤੁਸੀਂ ਇਹਨਾਂ ਲਈ ਵੀ ਜਿਹੜੇ ਐਲੀਜੀਬਲ ਹੋ ਤਾਂ ਅਪਲਾਈ ਕਰ ਸਕਦੇ ਹੋ ਜੀ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਪੋਸਟ ਨੇਮ ਕੀ ਹੈ ਬਸ ਡਰਾਈਵਰ ਇਹ ਚ ਤੁਹਾਡੀ ਜਿਹੜੀ ਪੋਸਟ ਰਹੇਗੀ ਔਰ ਨੈਕਸਟ ਅਸੀਂ ਗੱਲ ਕਰਦੇ ਹਾਂ ਸਿਲੈਕਸ਼ਨ ਪ੍ਰੋਸੈਸ ਦੀ ਦੇਦੇ ਵਿੱਚ ਤੁਹਾਡਾ ਜਿਹੜਾ ਡਰਾਈਵਿੰਗ ਟੈਸਟ ਜਿਹੜਾ ਹੋਏਗਾ ਉਹਦੇ ਥਰੂ ਹੀ ਤੁਹਾਡੀ ਫਾਈਨਲ ਜਿਹੜੀ ਹੈ ਰਿਕਰੂਟਮੈਂਟ ਹੋਣ ਵਾਲੀ ਹੈ ਜੀ ਇਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ ਅਗਰ ਤੁਸੀਂ 10th ਪਾਸ ਹੋ ਕਿਸੇ ਵੀ ਕਿਸੇ ਵੀ ਸਬਜੈਕਟ ਦੇ ਨਾਲ ਤਾਂ ਤੁਸੀਂ ਇਹਦੇ ਲਈ एलिजिਬਲ ਹੋ ਅਪਲਾਈ ਕਰ ਸਕਦੇ ਹੋ ਔਰ ਅਗਰ ਤੁਹਾਡੇ ਕੋਲ ਜਿਹੜਾ 3 ਸਾਲ ਪੁਰਾਣਾ ਹੈਵੀ ਲਾਇਸੈਂਸ ਹੈਗਾ ਹੈ ਤਾਂ ਤੁਸੀਂ ਇਹਦੇ ਲਈ एलिजिਬਲ ਹੋ ਤੇ ਇਹਦੇ ਲਈ ਅਪਲਾਈ ਕਰ ਸਕਦੇ ਹੋ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਹੈ ਕਿ ਤੁਹਾਡੇ ਕੋਲ ਹੈਵੀ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਇਹਦੇ ਲਈ एलिजिਬਲ ਹੁੰਦੇ ਹੋ ਤਾਂ ਹੀ ਤੁਸੀਂ ਅਪਲਾਈ ਕਰ ਪਾਉਗੇ ਜੀ ਨੈਕਸਟ ਅਸੀਂ ਗੱਲ ਕਰਦੇ ਹਾਂ ਇਹਦੇ ਲਈ ਰਿਕਰੂਟਮੈਂਟ ਦੀ ਏਜ ਲਿਮਟ ਦੀ ਤਾਂ ਮਿਨੀਮਮ ਤੁਹਾਡੀ ਏਜ ਲਿਮਟ ਕਿੰਨੀ ਵੀ ਹੈ ਮੈਕਸਿਮਮ ਅਗਰ ਤੁਸੀਂ ਤੁਹਾਡੀ ਏਜ 50 ইয়ারਸ ਆ ਦੇ ਅੰਡਰ ਆ ਤਾਂ ਤੁਸੀਂ ਜਿਹੜਾ एलिजिਬਲ ਹੋ ਇਹਦੇ ਲਈ ਕਰ ਸਕਦੇ ਹੋ چاہے ਤੁਸੀਂ ਕਿਸੇ ਵੀ categories ਵਿੱਚ ਬਿਲੋਂਗ ਕਰਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਆ ਇਹਦੇ ਵਿੱਚ ਅਪਲਾਈ ਆਫਲਾਈਨ ਸਟਾਰ ਜਿਹੜਾ 8 ਫਰਵਰੀ ਤੋਂ ਆਲਰੇਡੀ ਹੋ ਚੁੱਕਾ ਹੈ ਲਾਸਟ ਡੇਟ ਜਿਹੜੀ ਹੈ 31 ਦਸੰਬਰ 2021 ਜਿਹੜੀ ਤੁਹਾਡੀ ਲਾਸਟ ਡੇਟ ਉਹ ਰਹੇਗੀ ਜੀ ਸੋ ਇਹ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਆ ਇੰਪੋਰਟੈਂਟ ਲਿੰਕਸ ਦੀ ਤੇ ਇਸ ਦੇ ਉੱਪਰ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਨੂੰ ਉੱਥੇ ਮਿਲ ਜਾਏਗਾ ਜਿੱਦਾਂ ਤੁਸੀਂ ਇਸ ਦੇ ਉੱਪਰ ਕਲਿੱਕ ਕਰੋਗੇ ਇਹ ਤੁਸੀਂ ਜਿਹੜਾ ਤੁਹਾਨੂੰ ਅਫੀਸ਼ੀਅਲ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਲੈਣ ਤੋਂ ਬਾਅਦ ਤੁਸੀਂ ਇਹਨੂੰ ਓਪਨ ਕਰ ਲੈਣਾ ਹੈ ਸਾਰੇ ਉਹ ਜੀ ਇਹਨਾਂ ਦਾ ਲੀ ਪ੍ਰਿਵਹਨ ਨਿਗਮ ਦੇ ਦੁਆਰਾ ਇਹਦੇ ਵਿੱਚ ਉਹਨਾਂ ਨੇ ਸਾਰੀ ਡਿਟੇਲਸ ਮੈਂਸ਼ਨ ਕੀਤੀਆਂ ਹੋਈਆਂ ਔਰ ਨੀਚੇ ਤੁਸੀਂ ਇਹ ਦੇਖ ਪਾ ਰਹੇ ਹੋ ਇਹਨਾਂ ਦਾ ਜਿਹੜਾ ਫਾਰਮ ਹੈ ਜਿਹੜਾ ਤੁਸੀਂ ਫਿਲ ਕਰਨਾ ਇਹਦੇ ਵਿੱਚ ਤੁਸੀਂ ਆਪਣੀ ਡਿਟੇਲ ਫਿਲ ਕਰਨੀ ਹੈ ਤੁਹਾਡਾ ਐਪਲੀਕੈਂਟ ਦਾ ਨਾਮ ਫਾਦਰ ਨੇਮ ਤੁਹਾਡੀ ਰੈਜ਼ੀਡੈਂਸ ਤੁਹਾਡੀ ਆਪਣੀ ਡਰਾਈਵ ਲਾਇਸੈਂਸ ਨੰਬਰ ਡੇਟ ਆਫ ਬਰਥ ਔਰ ਹੋਰ ਡਿਡ ਇਡ ਪਰਸਨਲ ਡਿਟੇਲ ਨੇ ਤੁਹਾਡੀ ਜਿੱਦਾ ਆਧਾਰ ਕਾਰਡ ਨੰਬਰ ਹੋ ਗਿਆ ਠੀਕ ਹੈ ਜੀ ਔਰ ਪੈਨ ਕਾਰਡ ਨੰਬਰ ਇਹ ਮੈਂਸ਼ਨ ਕਰਕੇ ਤੁਸੀਂ ਸੈਲਫ ਨੂੰ ਟੈਸਟਡ ਕਰਕੇ ਆਪਣਾ ਸਿਗਨੇਚਰ ਡੇਟ ਟਾਈਮ ਦੇ ਨਾਲ ਜਿਹੜਾ ਇਹਨੂੰ ਸੈਂਡ ਕਰ ਦੇਣਾ ਔਰ ਇਹ ਤੁਸੀਂ ਫਾਰਮ ਜਿਹੜਾ ਹੈ ਨਾ ਜਿੱਤੇ ਕਿ ਐਡਰੈਸ ਦੇ ਉੱਪਰ ਤੁਸੀਂ ਫਾਰਵਰਡ ਕਰਨਾ ਹੈ ਉਹਨਾਂ ਦਾ ਐਡਰੈਸ ਜਿਹੜਾ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਹੈ ਜੀ ਸੋ ਇਹ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰ ਸੈਂਡ ਕਰ ਦੇਣਾ ਸੋ ਇਹ ਸੀਗੀ ਅੱਜ ਦੀ ਵੀਡੀਓ ਜੀ ਅਸੀਂ ਤੁਹਾਨੂੰ ਹੁਣ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ